साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। नगर पंचायत घग्गा दी प्रधान खिलाफ बेभरोसेयोगी मता पेश करन वाले कौंसलर मीटिंग च ना आउण ते मता होया ठुस। प्रधानगी कायम रखण दे विच सफल रही जसवीर कौर खंगूड़ा ने इस नूं सारे शहर वासियां दी दस्या चित। नगर पंचायत घग्गा दा प्रधान बदलण दे लई कुछ कौंसलरां दे वल्लों बेभरोसगी दा मता पेश कीता गया सी, पर इस मते नूं लै के रखी गई मीटिंग दे विच प्रशासन दे वल्लों पुख्ता प्रबंध कीते गए सन, परंतु मते नूं पास करवाउण दे लई बहुमत पेश करन लई दूसरे धड़े दे कोई भी कौंसलर ना आया। उदे अपनी प्रधानगी कायम रखण दे विच सफल रहे जसवीर सिंह खंगूड़ा ने इस होई जित नूं सारे ही नगर घग्गा दे लोकां दी जित दस्सदे कहा कि उन्होंने अपने 2.5 साल के कार्यकाल दौरान शहर अंदर जो विकास काम करवाए हैं उन्होंने लोगों के सामने हैं। जसवीर कौर नगर पंचायत घग्गा दे प्रधान बेभरोसी का मता पाया हो जी, उस कोई हाजिर नहीं होया इत्थे। साडी जित है जी, महाराणी परमीत कौर दी भी जित है। दफ्तर दा काम हो रहा, दुकाना हो रही ने, शुरू करी हुई ने, जो भी हां जी जो भी नगर पंचायत सारे ने मेनु साथ दिता, बहुत बहुत साथ दिता। 2 सेल आए थे जी, प्रधान कम नहीं कर, साडे पसंद नहीं है इन्हां दा कम। असीं कहा चलो साडे नगर वीर भाईआं नूं पुछो तुसीं जो असीं कम कर रहे जी, उन्हां दा कोई पहुंचे नहीं जी। हां जी साडी जित है जी, महाराणी परमीत कौर दी भी पूरा साथ दिता मैनूं अज पंचायत ने भी सब ने मेरे नाल। आने वाले समय तुहाडे की प्रोजेक्ट होणगे, आने वाले समय कम की करोगे तुसीं? नवें कम जी हुण नवे होर सिरे जने जी अपने टेंडर पाए हुए ने, ਹਾਂਜੀ 1 ਤਰੀਕ ਨੂੰ ਖੋਲਣਗੇ ਜੀ। ਟੋਬਿਆਂ ਦਾ ਛੇੜ ਰੱਖਿਆ ਜੀ ਅਸੀਂ, ਹਾਂਜੀ ਸਹਿਮਤ ਹੈ ਜੀ। ਜੋ ਆਪਣਾ ਨਗਰ ਪੰਚਾਇਤ ਉਹਨਾਂ ਨੇ ਕਹਿੰਦੇ ਨੇ ਇਹ ਕੰਮ ਕਰਨਾ, ਅਸੀਂ ਉਹੀ ਕਰਦੇ ਹਾਂ, ਅਸੀਂ ਆਪ ਤੋਂ ਨਹੀਂ ਕਰਦੇ, ਅਸੀਂ ਉਹਨਾਂ ਦੀ ਸਹਿਮਤ ਨਾਲ ਚੱਲਦੇ ਹਾਂ। ਮੈਂ ਬਲਵਿੰਦਰ ਸਿੰਘ ਜੀ, ਉਹਦਾ MCA 5 ਨੰਬਰ ਵਾਰਡ ਤੋਂ। ਅੱਜ ਮਸਲਾ ਇਹ ਸੀ ਜੀ, ਅੱਜ ਜਿਹੜੇ ਸਾਡੇ ਪ੍ਰਧਾਨ ਸੀ ਜਸਵੀਰ ਕੌਰ ਜੀ, ਇਹ ਬਹੁਤ ਵਧੀਆ ਕੰਮ ਕਰ ਰਹੇ ਸੀ। ਇਹਨਾਂ ਨੂੰ ਕਈ ਨਾ ਸ਼ਰਾਰਤੀ ਜਿਹੜੇ MCA ਦੇ ਜਾਂ ਇੱਕ ਪ੍ਰਧਾਨ ਆ ਸਾਡੇ ਨਰੇਸ਼ ਜੀ, ਉਹ ਕਹਿੰਦੇ ਵੀ ਇਹ ਕੰਮ ਨਹੀਂ ਕਰ ਰਹੇ ਵਧੀਆ। ਇਹਦੇ ਵਾਸਤੇ ਉਹਨਾਂ ਨੇ ਕਬੀਰ ਮਸਾਈ ਦਾ ਮਤਾ ਪਾਇਆ ਸੀ, ਜੋ ਕਿ ਅੱਜ ਉਹਨਾਂ ਦੇ ਵਿੱਚੋਂ ਕੋਈ ਨਹੀਂ ਆਇਆ ਹੈ। ਉਹਨਾਂ ਦੇ MCA ਦੀ ਘਾਟ ਰਹਿ ਗਈ ਜੀ, ਉਹਨਾਂ ਨਾਲ MCA ਨੂੰ ਵੀ ਲੱਗਿਆ, ਜਦੋਂ ਇਹ ਕੰਮ ਵਧੀਆ ਕਰ ਰਹੇ ਸਾਰੇ MCA ਇਹਨਾਂ ਦੇ ਨਾਲ ਨੇ, ਤੇ ਉਹਨਾਂ ਦੇ ਨਾਲ ਕੋਈ MCA ਨਹੀਂ ਆਇਆ ਜੀ। ਪਿੰਡ ਦਾ ਕੰਮ ਨਹੀਂ ਕਰ ਰਹੇ, ਪਿੰਡ ਦਾ ਸਾਡਾ ਇੰਨਾ ਕੰਮ ਹੋ ਰਿਹਾ, ਸਾਰੀ ਕਿਸਾਨ ਯੂਨੀਅਨ ਸਾਡੇ ਨਾਲ ਸੀ, ਸਾਰਾ ਪਿੰਡ ਸਾਡੇ ਨਾਲ ਸੀ, ਨਗਰ ਸਾਡੇ ਨਾਲ ਸੀ, ਤੇ ਸਾਰੀਆਂ ਜਿੰਨੀਆਂ ਵੀ ਗਲੀਆਂ ਸੀ ਸਾਰੀਆਂ ਉਹ ਪੱਕੀਆਂ ਹੋ ਗਈਆਂ। ਟੋਬੇ ਦਾ ਕੰਮ ਚੱਲ ਰਿਹਾ, ਆਪਣਾ ਸੀਵਰੇਜ ਦਾ ਕੰਮ ਚੱਲ ਰਿਹਾ, ਕੋਈ ਸਮੱਸਿਆ ਨਹੀਂ ਜੀ। ਜੇ ਕੋਈ ਹੋਊਗੀ ਵੀ ਕਿਸੇ ਦੀ, ਉਹ ਵੀ ਹੱਲ ਕਰਾਂਗੇ। ਇੱਧਰ ਬਿਜਲੀ ਬੋਰਡ ਆ ਜਿਹੜਾ, ਉਹਦਾ ਦਫ਼ਤਰ ਅਸੀਂ ਦੁਬਾਰੇ ਨਵਾਂ ਬਣਾ ਰਹੇ ਹਾਂ, ਦੁਕਾਨਾਂ ਬਣਾ ਰਹੇ ਹਾਂ, ਪਿੰਡ ਦੀ ਆਮਦਨ ਵਾ ਸਾਰੇ ਕੰਮ ਨਾਲ ਸਹਿਮਤ ਆ ਜੀ। ਪ੍ਰਧਾਨਗੀ ਦਾ ਮਤਾ ਤਾਂ ਉਹ ਸਿਰਫ ਇੱਕ ਨਾ, ਸਾਡੇ 5-6 ਕਰੋੜ ਦੀ ਜ਼ਮੀਨ ਇਹਦੇ ਵਿੱਚ ਆਈ ਹੈ ਸੜਕ ਦੇ ਵਿੱਚ, ਉਹਨਾਂ ਨੂੰ ਐਂ ਸੀ ਵੀ ਚੱਲ ਅਸੀਂ 10 ਰੁਪਈਏ ਪ੍ਰਧਾਨ ਬਣ ਕੇ ਖਬਰ ਬਣਾ ਲਾਂਗੇ। ਤੇ ਜਿਹੜੀ ਸਾਡਾ ਸਿਸਟਮ ਹੈ, ਸਾਡਾ ਸਿਸਟਮ ਇਹ ਹੈ ਵੀ ਜੇ 4 ਕਿੱਲੇ ਵਿਕਦੇ ਤਾਂ ਅਸੀਂ ਪਿੰਡ ਵਾਸਤੇ 14 ਕਿੱਲੇ ਖਰੀਦੀਏ, ਜਾਂ ਕਿ ਜੋ ਕਿ ਪਿੰਡ ਦੀ ਆਮਦਨ ਵਧੇ, ਕਮੇਟੀ ਦੀ ਆਮਦਨ ਵਧੇ ਤੇ ਪਿੰਡ ਦਾ ਕੰਮ ਹੋਵੇ। 9 ਮੈਂਬਰ ਸਾਹਿਬਾਨ ਵੱਲੋਂ ਨੋ ਕੰਫੀਡੈਂਸ ਪ੍ਰਧਾਨ ਜੀ ਦੇ ਖਿਲਾਫ਼ ਜਿਹੜਾ ਲੈਟਰ ਦਿੱਤੀ ਗਈ ਸੀਗੀ, ਉਹਦੇ ਬਿਹਾਫ ਤੇ ਅਸੀਂ ਮਤਲਬ ਕਿ ਪ੍ਰਧਾਨ ਜੀ ਨੂੰ ਨਾਲ ਦੀ ਨਾਲ ਕਨਵੇ ਕਰਤਾ ਸੀਗਾ, ਤੇ ਪ੍ਰਧਾਨ ਜੀ ਵੱਲੋਂ ਉਸ ਦੇ ਰਿਗਾਰਡਿੰਗ 14 ਦਿਨਾਂ ਦੇ ਅੰਦਰ ਅੰਦਰ ਆਪਣਾ ਬਹੁਮਤ ਸਾਬਤ ਕਰਨ ਵਾਸਤੇ ਮੀਟਿੰਗ ਰੱਖੀ ਸੀਗੀ, ਤੇ ਅੱਜ 16-9 ਦੀ ਮੀਟਿੰਗ ਰੱਖੀ ਸੀਗੀ। 14 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੇ ਜਿਹੜੀ ਮੀਟਿੰਗ ਕਾਲ ਕੀਤੀ ਸੀਗੀ, ਵੈਸੇ 1 ਮੰਥ ਦਾ ਟਾਈਮ ਹੁੰਦਾ ਹੈਗਾ ਪ੍ਰਧਾਨ ਜੀ ਕੋਲ ਆਪਣਾ ਬਹੁਮਤ ਸਾਬਤ ਕਰਨ ਵਾਸਤੇ। ਅੱਜ ਉਸਦੇ ਸੰਬੰਧ 'ਚ ਹੀ ਅੱਜ ਮੀਟਿੰਗ ਸੀਗੀ, ਤੇ ਪ੍ਰਧਾਨ ਜੀ ਹਾਜ਼ਰ ਸੀਗੇ, ਤੇ ਪਰੰਤੂ ਜਿਨ੍ਹਾਂ ਵੱਲੋਂ ਮਤਲਬ ਨੋ ਕੌਨਫੀਡੈਂਸ ਦਾ ਮਤਲਬ ਕਿ ਮਤਾ ਦਿੱਤਾ ਗਿਆ ਸੀ ਸਾਨੂੰ, ਤੇ ਉਹ ਮਤਲਬ ਉਹਨਾਂ ਵੱਲੋਂ ਕੋਈ ਵੀ ਅੱਜ ਮੀਟਿੰਗ ਵਿੱਚ ਜਿਹੜੇ ਹਾਜ਼ਰ ਨਹੀਂ ਸੀ। ਇਸ ਦੇ ਵਾਸਤੇ ਅਸੀਂ DC ਸਾਹਿਬ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ DC ਸਾਹਿਬ ਨੂੰ ਵੀ ਲਿਖਿਆ ਸੀਗਾ, ਤੇ ਆਪਣੇ DSP ਸਾਹਿਬ ਨੂੰ ਵੀ ਲਿਖਿਆ ਸੀਗਾ, ਤੇ ਉਸਦੇ ਸੰਬੰਧ ਵਿੱਚ DC ਸਾਹਿਬ ਵੱਲੋਂ ਮਤਲਬ SDM ਸਾਹਿਬ ਨੂੰ ਬਤੌਰ ਅਬਜ਼ਰਵਰ ਤੇ ਡਿਊਟੀ ਮੈਜਿਸਟਰੇਟ ਕੰਮ ਲਾਇਆ ਸੀਗਾ,
ਉਹਦੇ ਅੱਗੇ ਉਹਨਾਂ ਦੇ ਨੁਮਾਇੰਦੇ ਦੇ ਤੌਰ ਤੇ ਸ਼੍ਰੀ ਰਾਮ ਲਾਲ ਜੀ ਨਾਇਬ ਸਿੰਘਦਾ ਸਾਹਿਬ ਇੱਥੇ ਅੱਜ ਘੱਗੇ ਮੀਟਿੰਗ ਵਿੱਚ ਹਾਜ਼ਰ ਸੀਗੇ ਅਤੇ ਬਾਕੀ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਸਾਰੇ ਜਿਹੜੀ ਫੋਰਸ ਲੱਗੀ ਹੋਈ ਸੀਗੀ ਉਹ ਇੱਥੇ ਅੱਜ ਮੌਕੇ 'ਤੇ ਸੀਗੇ। ਹਾਂਜੀ ਹਾਂ, ਅਮਨ ਸ਼ਾਂਤੀ ਨਾਲ ਹੋਈ ਹੈ, ਕੋਈ ਮਤਲਬ ਇੱਦਾਂ ਦੀ ਕੋਈ ਵੀ ਉਹ ਨਹੀਂ। ਪਾਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ।